ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀ ਫਾਈਵ ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਭਾਜਪਾ ਨੂੰ ਲੈ ਕੇ, ਜਿੱਥੇ ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉੱਥੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਇੱਕ ਇਲਜ਼ਾਮ ਲਗਾਏ ਨੇ। ਉਹਨੇ ਕਿਹਾ ਕਿ ਵਿਸ਼ਵ ਭਰ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਬਦਨਾਮੀ ਕਰੇਗੀ ਹੈ ਜੀ। ਪਵਨ ਖੇੜਾ ਇਹਨਾਂ ਦੇ ਇੱਕ ਸੀਨੀਅਰ ਆਗੂ ਨੇ, ਮਾਮਲਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੋ ਗੱਲਾਂ ਕੀਤੀਆਂ। ਇੱਕ ਤਾਂ ਉਹ ਹਿੰਦੂ ਮੁਸਲਿਮ ਅਤੇ ਉਹਨਾਂ ਦੇ ਮਲਕਰਜਨ ਖੜਗੇ ਕਾਂਗਰਸ ਦੇ ਪ੍ਰਧਾਨ ਨੇ ਚਿੱਠੀ ਲਿਖੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਜੀ, ਮੈਂ ਚੋਣ ਮਨੋਰਥ ਪੱਤਰ ਲੈ ਕੇ ਨਾਲ ਆ ਰਿਹਾ ਔਰ ਇੱਕ ਪੜ੍ਹਨ ਵਾਲਾ ਬੰਦਾ ਵੀ ਲੈ ਕੇ ਆਊਂਗਾ, ਹੋ ਸਕਦਾ ਤੁਸੀਂ ਨਾ ਪੜ੍ਹ ਸਕੋ, ਮੈਨੂੰ ਟਾਈਮ ਦਿਓ, ਸਾਡਾ ਜਿਹੜਾ ਉਹ 50 ਪੰਨਿਆਂ ਦਾ ਸ਼ਾਇਦ ਇਸ ਤੋਂ ਵੱਧ ਵੀ ਹੈ ਨਿਆਂ ਪੱਤਰ ਹੈ, ਉਹਦੇ ਵਿੱਚ ਦਿਖਾ ਦਿਓ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿੱਥੇ ਹੈ। ਉਹ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਝੂਠ ਬੋਲਦੇ ਹੈ, ਇਹਦੀ PhD ਕਰੀ ਫਿਰਦੇ ਹੈ, ਤਾਂ ਵਿਸ਼ਵ ਪੱਧਰ ਦੇ ਵਿੱਚ ਲੋਕ ਹੱਸਦੇ ਆ, ਥੂ ਥੂ ਕਰਦੇ ਆ, ਬਦਨਾਮੀ ਹੁੰਦੀ ਆ ਭਾਰਤ ਦੀ। ਭਾਰਤ ਦਾ ਪ੍ਰਧਾਨ ਮੰਤਰੀ ਦੀ ਭਾਸ਼ਾ ਇਹ ਹੈ, ਤੁਸੀਂ 24 ਘੰਟੇ ਹਿੰਦੂ ਮੁਸਲਿਮ, ਹਿੰਦੂ ਮੁਸਲਿਮ, ਹਿੰਦੂ ਮੁਸਲਿਮ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੋ ਫਿਰਕਿਆਂ ਨੂੰ ਲੜਾਉਣ ਵਾਲੀ ਗੱਲ ਕਰੇ, ਰਾਜੇ ਹੁੰਦੇ ਨੇ ਜੋੜਨ ਵਾਸਤੇ, ਇਹ ਲੜਾਈਆਂ ਪੜਾਈਆਂ ਹੋਰ ਲੋਕਾਂ ਦਾ ਕੰਮ ਹੁੰਦਾ, ਸੰਵਿਧਾਨ ਦੇ ਉੱਤੇ ਦੇਸ਼ ਚੱਲਦਾ, ਅਤੇ ਤੁਸੀਂ 24 ਘੰਟੇ ਕਦੇ ਮੰਗਲ ਸੂਤਰ, ਉਹਦੇ ਉੱਤੇ ਵੀ ਡਟ ਕੇ ਜਵਾਬ ਦਿੱਤਾ ਗਿਆ, ਤੁਹਾਨੂੰ ਪਤਾ ਮੰਗਲ ਸੂਤਰ ਦੀ ਕਦਰ ਕੀ ਹੁੰਦੀ ਹੈ। ਉਹ ਕਹਿੰਦੇ ਤੁਸੀਂ ਜਾਣ ਸਕਦੇ ਹੋ ਧਰਮ ਪਤਨੀ ਦਾ ਤੁਹਾਡੇ ਨਾਲ ਨਹੀਂ, ਉਹਨਾਂ ਦੇ ਮੰਗਲ ਸੂਤਰ ਦੀ ਕੀ ਕਦਰ ਹੈ। ਸਵਾਲ ਕੀਤੇ ਕਿ ਜਦੋਂ ਇੱਥੇ ਕੋਰੋਨਾ ਲੱਗਿਆ ਕਿੰਨੇ ਲੋਕਾਂ ਦੇ ਮੰਗਲ ਸੂਤਰ ਗੁਆਚੇ, ਕੀ ਤੁਸੀਂ ਉਦੋਂ ਕੋਈ ਜਵਾਬ ਦਿੱਤਾ। 700 ਤੋਂ ਵੱਧ ਕਿਸਾਨ ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੇ ਗਏ, ਉਹਨਾਂ ਦੀਆਂ ਧਰਮ ਪਤਨੀਆਂ ਦੇ ਮੰਗਲ ਸੂਤਰ ਬਾਰੇ ਤੁਸੀਂ ਕੁਛ ਬੋਲੇ, ਜਦੋਂ ਤੁਸੀਂ ਬੋਲਣਾ ਹੀ ਨਹੀਂ, ਉਲਟਾ ਤੁਸੀਂ ਬੁਖਲਾਹਟ ਆ ਗਈ ਆ ਤੁਹਾਨੂੰ, ਪਹਿਲਾਂ 102 ਤੋਂ ਅਤੇ ਹੁਣ 88 ਤੋਂ। ਉਹ ਕਹਿੰਦੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਹੋਰ ਵੀ ਬੋਲਣਗੇ, ਸਮੁੱਚੇ ਦੇਸ਼ ਵਾਸੀਆਂ ਨੂੰ ਚੌਕਸ ਰਹਿਣਾ ਚਾਹੀਦਾ, ਅਸੀਂ ਧਰਮਾਂ ਦਾ ਸਤਿਕਾਰ ਕਰਦੇ ਹਾਂ, ਫਿਰਕਿਆਂ ਦਾ ਸਤਿਕਾਰ ਕਰਦੇ ਹਾਂ, ਜਾਤਾਂ ਦਾ ਸਤਿਕਾਰ ਕਰਦੇ ਹਾਂ, ਇਹਨਾਂ ਗੱਲਾਂ ਦੇ ਵਿੱਚ ਕਿਰਪਾ ਕਰਕੇ ਨਾ ਪਿਓ, ਜ਼ਿਆਦਾ ਵਧੀਆ ਰਹੇਗਾ। ਇਹ ਸਵਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਵਨ ਖੇੜਾ ਅਤੇ ਹੋਰਾਂ ਨੇ ਕੀਤੇ ਜੀ। ਸੋ ਅੱਜ ਦੀ ਖਬਰ ਦੇ ਵਿੱਚ ਆਉਂਦੇ ਨਵੀਂ ਤੇ ਤਾਜ਼ਾ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦਵਾਜ, ਖੇਡ
ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।